ਕਵਿਤਾ ਦਾ ਸਿਰਲੇਖ ਹੈ ਕਾਂ ਇੱਕ ਤ੍ਰਿਹਾਇਆ। ਉੜਦਾ ਜਾਂਦਾ ਸੀ ਅੰਬਰ ਵਿੱਚ ਕਾਂ ਇੱਕ ਤ੍ਰਿਹਾਇਆ, ਦੂਰ ਦੂਰ ਤੱਕ ਕਿਧਰੇ ਉਸਨੂੰ ਪਾਣੀ ਨਜ਼ਰ ਨਾ ਆਇਆ। ਕਿੱਦੋਂ ਆਪਣੀ ਪਿਆਸ ਬੁਝਾਵੇ ਉਸਨੂੰ ਸਮਝ ਨਾ ਆਏ, ਲੂ ਦੇ ਮਾਰੇ ਇਸ ਮੌਸਮ ਵਿੱਚ ਕਿੱਦਾਂ ਜਾਨ ਬਚਾਏ। ਉਸਨੇ ਸੱਚੇ ਰੱਬ ਦੇ ਅੱਗੇ ਕੀਤੀ ਫਿਰ ਅਰਜ਼ੋਈ, ਜੋ ਰੱਬ ਦੀ ਦਰਗਾਹ ਦੇ ਅੰਦਰ ਝੱਟ ਮਨਜ਼ੂਰ ਸੀ ਹੋਈ। ਪਾਣੀ ਦਾ ਇੱਕ ਘੜਾ ਉਸਨੂੰ ਸਾਵੇਂ ਨਜ਼ਰੀ ਆਇਆ, ਮਾਰ ਉਡਾਰੀ ਉਸੇ ਵੇਲੇ ਉਹ ਘੜੇ ਵੱਲ ਧਾਇਆ। ਘੜੇ ਦੇ ਅੰਦਰ ਮਾਰੇ ਝਾਤੀ ਖੁਸ਼ੀਆਂ ਨਾਲ ਪਤੰਦਰ, ਅੱਧੇ ਤੋਂ ਵੀ ਘੱਟ ਸੀ ਪਾਣੀ ਉਸ ਘੜੇ ਦੇ ਅੰਦਰ। ਉਹਦੀ ਚੁੰਝ ਤੇ ਪਾਣੀ ਦੇ ਵਿੱਚ ਸੀ ਥੋੜ੍ਹੀ ਹੀ ਦੂਰੀ, ਫੇਰ ਵੀ ਪਾਣੀ ਪੀ ਲੈਣ ਦੀ ਆਸ ਨਾ ਹੋਈ ਪੂਰੀ। ਉਸਨੇ ਕੰਮ ਲਿਆ ਅਕਲ ਤੋਂ ਐਸੀ ਜੁਗਤ ਬੁਣਾਈ, ਇੱਧਰ ਉੱਧਰ ਖਿਲਰੇ ਕੰਕਰ ਉਸਦੇ ਬਣੇ ਸਹਾਈ। ਘੜੇ 'ਚ ਪਾਏ ਚੁਣ ਚੁਣ ਕੰਕਰ, ਪਾਣੀ ਆਇਆ ਉੱਤੇ, ਤੇ ਦੇ ਨਾਲ ਤੜਫਦੇ ਕਾਂਦੇ ਭਾਗ ਜਾਗ ਗਏ ਸੁੱਤੇ। ਨਾਲ ਚੁੰਝ ਦੇ ਡੀਕ ਲਗਾ ਕੇ ਉਸਨੇ ਪਾਣੀ ਪੀਤਾ, ਇੱਦਾਂ ਪਿਆਸ ਬੁਝਾਈ ਆਪਣੀ, ਸ਼ੁਕਰ ਰੱਬ ਦਾ ਕੀਤਾ। ਇੱਦਾਂ ਪਿਆਸ ਬੁਝਾਈ ਆਪਣੀ, ਸ਼ੁਕਰ ਰੱਬ ਦਾ ਕੀਤਾ। ਧੰਨਵਾਦ।